ਜਿੱਥੇ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਹੋਣ ਲਈ ਪੰਜਾਬ ਸਰਕਾਰ ਖਿਲਾਫ਼ ਰੋਸ ਜਤਾਇਆ ਜਾਂਦਾ ਹੈ। ਉੱਥੇ ਹੁਣ ਠੇਕੇ 'ਤੇ ਭਰਤੀ ਕੰਡਕਟਰਾਂ ਨੂੰ ਕੱਢੇ ਜਾਣ 'ਤੇ PRTC ਮੁਲਾਜ਼ਮਾਂ ਨੇ ਬਠਿੰਡਾ ਬੱਸ ਸਟੈਂਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਕਿ ਜਨਰਲ ਮੈਨੇਜਰ ਬਠਿੰਡਾ ਵੱਲੋਂ ਠੇਕੇ 'ਤੇ ਭਰਤੀ ਕੰਡਕਟਰਾਂ ਨੂੰ ਜ਼ਬਰਦਸਤੀ ਕੱਢਿਆ ਗਿਆ। ਇਸ ਦੇ ਚੱਲਦਿਆਂ ਬੱਸ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਨੂੰ ਜਾਮ ਕਰ ਦਿੱਤਾ ਗਿਆ। ਇਸ ਸੰਬੰਧੀ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਠੇਕੇ 'ਤੇ ਭਰਤੀ ਕਰਮਚਾਰੀਆਂ ਦੇ ਹੱਕ 'ਚ ਮੈਨੇਜਰ ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਜਿਸ ਕਾਰਨ ਉਹਨਾਂ ਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪਿਆ। ਕੀ ਨਾਮ ਹੈ ਜੀ? ਸਰ, ਮੇਰਾ ਨਾਮ ਪ੍ਰੀਤਮ ਸਿੰਘ ਹੈ। ਮੈਂ PRTC ਵਰਕਰ ਯੂਨੀਅਨ ਏਟਕ ਦਾ ਆਗੂ ਹਾਂ ਔਰ ਕਚਹਿਰੀ ਵਿੱਚ ਐਡਵੋਕੇਟ ਵੀ ਹੈ। ਮਾਮਲਾ ਸਾਡਾ ਸੀ, ਕੱਲ੍ਹ ਜਨਰਲ ਮੈਨੇਜਰ ਬਠਿੰਡਾ ਦੁਆਰਾ ਕੁਝ ਆਰਡਰ ਕੀਤੇ ਗਏ ਸੀ ਜਿਹੜੇ ਅਸੀਂ ਸਮਝਦੇ ਸੀ ਮਹਿਕਮੇ ਦੇ ਹਿੱਤ ਵਿੱਚ ਹੈ ਨੀਗੇ, ਔਰ ਇਹਦੇ ਨਾਲ ਹੀ ਜਿਹੜੇ ਆ 15-20 ਕਨੈਕਟਰ ਜਿਹੜੇ ਅਸੀਂ ਬਠਿੰਡੇ ਡੀਪੂ 'ਚ ਬਿਨਾਂ ਇੰਕੁਆਇਰੀ ਤੋਂ ਬਿਨਾਂ ਪੜਤਾਲ ਤੋਂ ਸ਼ੱਕ ਦੇ ਆਧਾਰ 'ਤੇ ਇਹਨਾਂ ਨੇ ਨੌਕਰੀ ਤੋਂ ਕੱਢ ਦਿੱਤੇ ਸੀ। ਸਾਡੀ ਬੇਨਤੀ ਜਨਰਲ ਮੈਨੇਜਰ ਨੂੰ ਇਹ ਸੀ ਕਿ ਉਹਨਾਂ ਜਿਹੜੇ ਵਰਕਰ ਕੱਢੇ ਆ ਉਹਨਾਂ ਨੂੰ MD ਸਿਫਾਰਸ਼ ਕਰੇ ਕਿ ਬਈ ਉਹਨਾਂ ਦੀਆਂ ਪ੍ਰੋਪਰ ਇੰਕੁਆਇਰੀਆਂ ਤੋਂ ਬਿਨਾਂ, ਪੜਤਾਲ ਤੋਂ ਬਿਨਾਂ, ਚਾਰਜਸ਼ੀਟ ਤੋਂ ਬਿਨਾਂ, ਐਕਸਪਲੇਨੇਸ਼ਨ ਤੋਂ ਬਿਨਾਂ ਉਹਨਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਸੈਕਿੰਡ ਗੱਲ ਇਹ ਸੀ ਵੀ ਜਿਹੜੇ ਆਰਡਰ ਕੀਤੇ ਆ ਉਹ ਜਿਹੜੇ ਮਨਸੂਖ ਕੀਤੇ ਜਾਣ 14 ਤਰੀਕ ਨੂੰ ਕੀਤੇ ਆ, ਔਰ ਇਹਦੇ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਹੇਠ ਗੱਡੀਆਂ ਉਹਨਾਂ ਨੇ ਮਲੋਟ ਪਾਈਆਂ ਨੇ ਬਹੁਤ ਸਾਰੀਆਂ ਕਿ ਇਹ ਔਰ ਡੱਬ ਵਾਲੀ ਰੂਟਾਂ 'ਤੇ ਚੱਲਦੀਆਂ, ਲੋਕਲ ਰੂਟਾਂ ਚੱਲਦੀਆਂ ਨੇ, ਵੀ ਉਹਨਾਂ ਥਾਂ 'ਤੇ PRTC ਦੀਆਂ ਗੱਡੀਆਂ ਰੀਪਲੇਸ ਕੀਤੀਆਂ ਜਾਣ। ਇਹਨਾਂ ਗੱਡੀਆਂ ਨੂੰ ਬਾਹਰ ਜਿਹੜੇ ਸਾਡੇ ਲੰਮੇ ਰੂਟ ਹੈ ਜਿੱਥੇ PRTC ਦੀਆਂ ਗੱਡੀਆਂ ਨਹੀਂ ਜਾ ਸਕਦੀਆਂ ਉੱਥੇ ਜਿਹੜਾ ਆ ਇਹਨਾਂ ਗੱਡੀਆਂ ਨੂੰ ਭੇਜਿਆ ਜਾਵੇ, ਬਜਾਏ ਸਾਡੀ ਗੱਲ ਸੁਣਦੇ। ਜਨਰਲ ਮੈਨੇਜਰ ਕਹਿੰਦਾ ਵੀ ਇਹ ਮੇਰਾ ਕੰਮ ਹੈ, ਮੈਨੇਜਮੈਂਟ ਕਿਵੇਂ ਚਲਾਉਣੀ ਹੈ ਮੇਰਾ ਕੰਮ ਹੈ, ਇਸ ਕਰਕੇ ਤੁਸੀਂ ਆਪਣਾ ਕੰਮ ਕਰੋ। ਅਸੀਂ ਜਨਰਲ ਮੈਨੇਜਰ ਨੂੰ ਉੱਥੇ ਸਵੇਰੇ 10:30 ਅਸੀਂ ਬਾਹਰ ਆ ਗਏ ਸੀ, ਗੇਟ 'ਤੇ ਆ ਗਏ ਸੀ। ਜਨਰਲ ਮੈਨੇਜਰ ਨੂੰ ਰੈਲੀ ਕਰਕੇ ਇਸ ਗੱਲ ਦੀ ਵਾਰਨਿੰਗ ਕੀਤੀ ਸੀ ਵੀ ਇਹ ਆਰਡਰ ਮਨਸੂਖ ਕਰੋ, ਨਹੀਂ ਤਾਂ ਜਿਹੜਾ ਹੈ ਅਸੀਂ ਚੱਕਾ ਜਾਮ ਕਰਾਂਗੇ, ਅੱਡਾ ਜਾਮ ਕਰਾਂਗੇ। ਅਸੀਂ 3 ਘੰਟੇ ਉਡੀਕਣ ਤੋਂ ਬਾਅਦ 10:30 ਤੋਂ ਲੈ ਕੇ 1:30 ਤੱਕ ਜਿਹੜਾ ਜਨਰਲ ਮੈਨੇਜਰ ਸਾਡੀ ਗੱਲ ਨਹੀਂ ਸੁਣੀ, ਇਸ ਕਰਕੇ ਅਸੀਂ ਮਜਬੂਰ ਨੂੰ ਜਿਹੜਾ ਇਹ ਅੱਡਾ ਜਾਮ ਕੀਤਾ ਜੀ। ਕਿੰਨਾ ਟਾਈਮ ਚੱਲੇਗਾ ਜੀ ਤੁਹਾਡਾ ਇਹ ਅੱਡਾ ਜਾਮ ਜੀ? ਇਹ ਜਿੰਨਾ ਚਿਰ ਉਹ ਆਰਡਰ ਮਨਸੂਖ ਨਹੀਂ ਕਰਦਾ ਜਨਰਲ ਮੈਨੇਜਰ, ਔਰ ਇਹਦੇ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਦੀਆਂ ਗੱਡੀਆਂ ਜਿਹੜੀਆਂ ਲੋਕਲ ਰੂਟ 'ਤੇ ਪਈਆਂ ਨੇ ਉਹ ਕੱਢੀਆਂ ਨਹੀਂ ਜਾਂਦੀਆਂ, ਕਿਉਂਕਿ ਇਹਦੇ ਨਾਲ ਮਹਿਕਮੇ ਨੂੰ ਬਹੁਤ ਲੱਖਾਂ ਰੁਪਏ ਦਾ ਜਿਹੜਾ ਆ ਰੋਜ਼ ਦਾ ਨੁਕਸਾਨ ਹੋ ਰਿਹਾ। ਇਹ ਬਠਿੰਡੇ ਟੀਪੂ 'ਤੇ 12-13 ਨੇ ਜੀ, ਬਲਾਡੇ ਤੋਂ 20-22 ਨੇ, ਇਸ ਤਰ੍ਹਾਂ 40-50 ਦੀ ਉਮੀਦ ਮਤਲਬ ਗਿਣਤੀ। ਇਹ ਕੰਟਰੈਕਟ ਬੇਸ ਵਾਲੇ ਸੀ, ਕੇਵਲ ਸ਼ੱਕ ਦੇ ਆਧਾਰ 'ਤੇ ਕਿਸੇ ਕਲਰਕ ਨੇ ਇਹ ਰਿਪੋਰਟ ਕਰ ਦਿੱਤੀ ਵੀ ਜਿਹੜੀ ਉਹ ਮਸ਼ੀਨ ਹੁੰਦੀ ਟਿਕਟਾਂ ਕੱਟਣ ਵਾਲੀ ਵਿੱਚ ਇੱਕ ਪ੍ਰੋਵੀਜ਼ਨ ਹੁੰਦੀ ਹੈ ਵੀ ਪਲੇਨ ਟਿਕਟ ਆ ਜਾਂਦੀ ਆ, ਵੀ ਇਹ ਜਿਹੜਾ ਆ ਇਹਦੇ ਰਾਹੀਂ ਪਲੇਨ ਟਿਕਟ ਕੱਟ ਕੇ ਫਰੋਡ ਕੀਤਾ ਆ। ਇਹ ਇੱਕ ਸ਼ੱਕ ਹੈ, ਕਿਸੇ ਬੰਦੇ ਦੀ ਓਬਜ਼ਰਵੇਸ਼ਨ ਹੈ, ਇਹਦਾ ਕੋਈ ਪ੍ਰੂਫ ਹੈ ਨਹੀਂ ਗਾ ਸਾਨੂੰ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਗੱਲ ਹੀ ਸੱਚੀ ਆ, ਅਸੀਂ ਕਹਿੰਦੇ ਹਾਂ ਪੜਤਾਲ ਕਰ, ਪੜਤਾਲ ਕਰ ਲਓ। ਜੇ ਕਿਸੇ ਇੰਸਪੈਕਟਰ ਨੇ ਉਹ ਬਲੈਂਕਲੀ ਟਿਕਟ 'ਤੇ ਕੋਈ ਸਫ਼ਰ ਕਰਦੀ ਸਵਾਰੀ ਫੜੀ ਹੋਵੇ, ਕਿਸੇ ਇੰਸਪੈਕਟਰ ਵੱਲੋਂ ਰਿਪੋਰਟ ਹੋਵੇ ਜਿਹੜੇ ਚੈਕਿੰਗ ਅਧਿਕਾਰੀ ਬਾਹਰ ਲਾਇਆ, ਤਾਂ ਜ਼ਰੂਰ ਸਜ਼ਾ ਦਿਓ। ਲੇਕਿਨ ਇੱਕ ਦਫ਼ਤਰ 'ਚ ਬੈਠਾ ਬੰਦਾ ਜੇ ਕਹਿੰਦਾ ਉਹਨੇ ਫਰਾਡ ਕੀਤਾ ਹੋਣਾ, ਇਸ ਗੱਲ 'ਤੇ ਕਿਉਂਕਿ ਇਹਦੀ ਨੌਕਰੀ ਜਿਹੜੀ ਖਤਮ ਕਰਨੀ, ਇਹ ਗਲਤ ਹੈ। ਅਸੀਂ ਸ਼ਾਮ ਤੱਕ ਚੱਲਾਂਗੇ ਜਿੰਨਾ ਚਿਰ ਜੇ GM ਜਿਹੜਾ ਆ ਐਡੇਮੈਂਟ ਹੈ, ਕੋਈ ਖਾਸ ਗੱਲ ਨਹੀਂ, ਆਰਡਰ ਰੋਜ਼ ਹੁੰਦੇ ਆ, ਰੋਜ਼ ਕੈਂਸਲ ਹੁੰਦੇ ਆ, ਹਰ ਰੋਜ਼ ਹੁੰਦੇ ਆ। ਲੇਕਿਨ ਇਹ ਕੀ ਜਨਰਲ ਮੈਨੇਜਰ ਦੀ ਮਤਲਬ ਧੱਕੇਸ਼ਾਹੀ ਹੈ ਵੀ ਮੈਂ ਜਿਹੜਾ ਆਰਡਰ ਕਰਤਾ ਸੋ ਕਰਤਾ? ਜਨਰਲ ਮੈਨੇਜਰ ਪ੍ਰਵੀਨ ਕੁਮਾਰ ਜੀ। ਇਹ ਚੱਕਾ ਜਾਮ ਰੱਖਣ। ਦੂਜੇ ਪਾਸੇ ਬਠਿੰਡਾ ਦੇ ਮੈਨੇਜਰ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਜੋ ਮੰਗ ਕੀਤੀ ਗਈ ਹੈ ਉਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਕੋਈ ਕੰਡਕਟਰ ਕੱਢੇ ਗਏ ਨਾ ਟਿਕਟਾਂ ਇਸ਼ੂ ਕਰਨ ਦੇ ਕੇਸ 'ਚ ਸਾਡੇ ਹੈਡ ਆਫਿਸ ਵੱਲੋਂ, ਉਹ ਇਹਨਾਂ ਦੀ ਜੋ ਡਿਮਾਂਡ ਹੈਗੀ ਅਸੀਂ ਵਿਚਾਰਨ ਲਈ ਹੈਡ ਆਫਿਸ ਭੇਜ ਦਾਂਗੇ। ਇਹ ਸਾਡੇ ਮੁੱਖ ਦਫ਼ਤਰ ਲੈਵਲ 'ਤੇ ਕੱਢੇ ਗਏ ਜੀ। ਨਹੀਂ, ਉਹਨਾਂ ਸਰਵਿਸ ਰੂਲ 'ਚ ਹੀ ਹੈਗਾ ਆਊਟਸੋਰਸ ਦੇ ਵੀ, ਜੋ ਜਿਹਦੇ ਐਪਲੀਕੇਬਲ ਹੈਗਾ ਸੀ ਜਿਹਦਾ ਰੂਲ ਉਹ ਐਪਲੀਕੇਬਲ ਕੀਤਾ ਗਿਆ, ਬਾਕੀ ਫਿਰ ਵੀ ਇਹਨਾਂ ਦਾ ਅਪੀਲ ਕਰਨ ਦਾ ਮੌਕਾ ਹੈਗਾ, ਅਪੀਲ ਕਰ ਦੇਣਾ। ਉਹਨਾਂ ਨੇ ਕਿਹਾ ਵੀ ਜੇ ਅੱਜ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਸ਼ਾਮ ਤੱਕ ਇਸ ਤਰ੍ਹਾਂ ਹੀ ਜਾਮ ਰੱਖਾਂਗੇ।
ਜਾਂ ਤੁਸੀਂ ਇਸ ਤਰ੍ਹਾਂ ਰਿਟਰਨ 'ਚ ਦੇ ਰਹੇ ਹਾਂ ਵੀ ਅਸੀਂ ਇਹਨਾਂ ਦੇ ਮੰਗਾਂ ਵਿਚਾਰਨ ਵਾਸਤੇ ਮੁੱਖ ਦਫ਼ਤਰ ਅਸੀਂ ਹੈੱਡ ਆਫਿਸ ਨੂੰ ਦੱਸਾਂਗੇ ਆਪਣਾ ਜਲਦੀ ਜਲਦੀ ਵਿਚਾਰਿਆ ਜਾਵੇ ਇਹਨਾਂ ਦਾ ਜੋ ਜਾਇਜ਼ ਮੰਗਾਂ ਇਹਨਾਂ ਦੀ। ਕਿੰਨੇ ਟੋਟਲ? 10-12 ਹੈਗੇ ਜੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।